ਨਾਨਕਸਰ ਕਲੇਰਾਂ, ਜੋ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਉਹਨਾਂ ਵੱਲੋਂ ਬਣਾਇਆ ਗਿਆ ਮੁੱਖ ਅਸਥਾਨ ਨਾਨਕਸਰ ਕਲੇਰਾਂ। ਨਾਨਕਸਰ ਦਾ ਮੁੱਖ ਅਸਥਾਨ, ਮੁੱਖ ਗੇਟ, ਜਿਸ ਨੂੰ ਦੋ ਰਸਤੇ ਲੱਗਦੇ ਹਨ, ਇੱਕ ਰਸਤਾ ਲੁਧਿਆਣਾ ਸਾਈਡ ਤੋਂ ਅਤੇ ਦੂਸਰਾ ਰਸਤਾ ਜੋ ਮੋਗਾ ਅੰਮ੍ਰਿਤਸਰ ਰੋਡ ਆਉਂਦੀ ਹੈ, ਉਹ ਰੋਡ ਰਾਹੀਂ ਆਉਣ ਵਾਲੀਆਂ ਬੱਸਾਂ ਇਸ ਗੇਟ 'ਤੇ ਰੁਕਦੀਆਂ ਹਨ। ਇਸ ਗੇਟ ਤੋਂ ਅੱਗੇ ਜੋ ਮੁੱਖ ਗੇਟ ਹੈ, ਇਸ ਗੇਟ ਰਾਹੀਂ ਇਹ ਰਸਤਾ ਨਾਨਕਸਰ ਠਾਟ ਨੂੰ ਜਾਣ ਵਾਲਾ ਰਸਤਾ ਹੈ। ਇਸ ਰਸਤੇ ਰਾਹੀਂ ਸੰਗਤਾਂ ਆਪਣੇ ਵਹੀਕਲ ਰਾਹੀਂ ਨਾਨਕਸਰ ਠਾਟ ਤੱਕ ਪਹੁੰਚਣਗੀਆਂ। ਇਸ ਰਸਤੇ ਵਿੱਚ ਇੱਕ ਰੇਲਵੇ ਸਟੇਸ਼ਨ ਆਉਂਦਾ ਹੈ, ਜਿੱਥੇ ਲੁਧਿਆਣਾ ਤੋਂ ਮੋਗਾ ਫਿਰੋਜ਼ਪੁਰ ਜਾਣ ਵਾਲੀ ਟ੍ਰੇਨ ਇੱਥੇ ਰੁਕਦੀ ਹੈ। ਇਸ ਸਥਾਨ 'ਤੇ ਇਹ ਰੇਲ ਗੱਡੀਆਂ ਦੇ ਆਉਣ ਅਤੇ ਜਾਣ ਦਾ ਸਮਾਂ ਹੈ। ਇਹ ਰੇਲਵੇ ਸਟੇਸ਼ਨ ਮੁੱਖ ਸਥਾਨ ਦੇ ਬਿਲਕੁਲ ਨਜ਼ਦੀਕ ਹੈ। ਇਸ ਤੋਂ ਅੱਗੇ ਜੋ ਮੁੱਖ ਸਥਾਨ ਦੀ ਡਿਊਟੀ ਹੈ, ਇਸ ਦੇ ਬਾਹਰ ਇੱਕ ਪਾਰਕਿੰਗ ਬਣੀ ਹੋਈ ਹੈ, ਜੋ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਸਮੇਂ ਦੀ ਪਾਰਕਿੰਗ ਬਣੀ ਹੋਈ ਹੈ। ਇਸ ਨੂੰ ਦੋ ਰਸਤੇ ਲੱਗਦੇ ਹਨ, ਇੱਕ ਰਸਤਾ ਜੋ ਸੇਮ ਨਾਲਾ ਹੈ ਮੋਗੇ ਵਾਲੀ ਸਾਈਡ ਤੋਂ ਆ ਰਿਹਾ ਉਸ ਉੱਧਰ ਦੀ, ਔਰ ਦੂਸਰਾ ਰਸਤਾ ਜੋ ਕੌਂਕੇ ਵਾਲੀ ਸਾਈਡ ਤੋਂ ਆ ਰਿਹਾ ਵਾ ਉਹ ਇਸ ਸਥਾਨ 'ਤੇ ਜੋ ਬਣੀ ਪਾਰਕਿੰਗ ਦੇ ਵਿੱਚ ਵੀ ਗੱਡੀਆਂ ਪਾਰਕ ਕੀਤੀਆਂ ਜਾ ਸਕਦੀਆਂ ਹਨ। ਇਸ ਪਾਰਕਿੰਗ ਦੇ ਖੱਬੇ ਪਾਸੇ ਇੱਕ ਰਸਤਾ ਹੈ ਜੋ ਕੌਂਕੇ ਕਲਾਂ ਅਤੇ ਗੁਰੂਸਰ ਵਾਲੀ ਸੜਕ ਵੱਲ ਜਾਂਦਾ ਹੈ। ਇਸ ਪਾਰਕਿੰਗ ਤੋਂ ਥੋੜ੍ਹਾ ਅੱਗੇ ਜਗਰਾਓਂ ਸ਼ਹਿਰ ਵੱਲ ਨੂੰ ਮੁੜਦੀ ਸੜਕ ਉੱਪਰ ਇੱਕ ਪਾਰਕਿੰਗ ਬਣੀ ਹੈ, ਜੋ ਪਾਰਕਿੰਗ ਮਹੰਤ ਹਰਬੰਸ ਸਿੰਘ ਜੀ ਵੱਲੋਂ ਬਣਾਈ ਗਈ ਹੈ, ਦੋ ਨੰਬਰ ਪਾਰਕਿੰਗ, ਜਿੱਥੇ ਜਗਰਾਓਂ ਸ਼ਹਿਰ ਤੋਂ ਵਾਰਡ ਲੋਪੋ ਰਾਹੀਂ ਗੱਡੀਆਂ ਇਸ ਪਾਰਕਿੰਗ ਵਿੱਚ ਪਾਰਕਿੰਗ ਕੀਤੀਆਂ ਜਾ ਸਕਦੀਆਂ ਹਨ ਅਤੇ ਵਾਪਸ ਵੀ ਬਹੁਤ ਸੌਖੇ ਤਰੀਕੇ ਦੇ ਨਾਲ ਜਗਰਾਓਂ ਜਾ ਸਕਦੀਆਂ ਹਨ। ਇਸ ਰਸਤੇ ਤੋਂ ਅੱਗੇ ਪਾਰਕਿੰਗ ਨੰਬਰ 3 ਕੌਂਕੇ ਕਲਾਂ ਅਤੇ ਗੁਰੂਸਰ ਜਾਣ ਵਾਲੀ ਸੜਕ 'ਤੇ ਸੰਤ ਬਾਬਾ ਕਾਲਾ ਸਿੰਘ ਜੀ ਵੱਲੋਂ ਬਹੁਤ ਹੀ ਵਧੀਆ ਪਾਰਕਿੰਗ ਤਿਆਰ ਕੀਤੀ ਗਈ ਹੈ। ਇਸ ਨੂੰ ਦੋ ਰਸਤੇ ਲੱਗਦੇ ਹਨ, ਇੱਕ ਰਸਤਾ ਜੋ ਰਾਏਕੁੱਟ ਝੋਲਡਾ ਮਾਣੂਕਿਆਂ ਡੱਲੇ ਰਾਹੀਂ ਹੋ ਕੇ ਇਸ ਸਥਾਨ 'ਤੇ ਪਹੁੰਚਣ ਵਾਲਾ ਰਸਤਾ ਹੈ, ਦੂਸਰਾ ਜੋ ਮੋਗਾ ਸਾਈਡ ਤੋਂ ਗੁਰੂਸਰ ਗੁਰਦੁਆਰਾ ਪਾਤਸ਼ਾਹੀ ਛੇਵੀਂ ਉਸਦੇ ਅੱਗੇ ਤੋਂ ਜੋ ਰਸਤਾ ਨਾਨਕਸਰ ਵਾਲੀ ਸਾਈਡ ਮੁੜਦਾ ਹੈ ਉਹ ਰਸਤਾ ਵੀ ਇਸ ਪਾਰਕਿੰਗ ਨੂੰ ਲੱਗੇਗਾ। ਇਸ ਪਾਰਕਿੰਗ ਦੇ ਵਿੱਚ ਵੱਡੀਆਂ ਗੱਡੀਆਂ, ਟਰੱਕ, ਟਰੇਲੀਆਂ, ਕਾਰਾਂ ਆਦਿ ਵੀ ਪਾਰਕਿੰਗ ਕੀਤੀਆਂ ਜਾ ਸਕਦੀਆਂ ਹਨ। ਪਾਰਕਿੰਗ ਦੇ ਵਿੱਚ ਬਹੁਤ ਵਧੀਆ ਪ੍ਰਬੰਧ ਹੈ, ਬਾਬਾ ਜੀ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਪਾਰਕਿੰਗ ਵਿੱਚ। ਇਸ ਤੋਂ ਅੱਗੇ ਪਾਰਕਿੰਗ ਨੰਬਰ 4 ਜੋ ਗੁਰੂਸਰ ਵਾਲੀ ਸੜਕ ਤੋਂ ਜਦੋਂ ਨਾਨਕਸਰ ਦੇ ਅੰਦਰ ਦੇ ਪਾਸੇ ਮੁੜਾਂਗੇ, ਇਹ ਪਾਰਕਿੰਗ ਗੁਰੂਸਰ ਕੌਂਕੇ ਤੋਂ ਨਾਨਕਸਰ ਕਲੇਰਾਂ ਨੂੰ ਆਉਣ ਵਾਲੀ ਸੜਕ 'ਤੇ ਹੈ, ਜੋ ਬਾਬਾ ਹਰਭਜਨ ਸਿੰਘ ਜੀ ਵੱਲੋਂ ਤਿਆਰ ਕੀਤੀ ਗਈ ਹੈ, ਜਿੱਥੇ ਮੋਗਾ ਅਤੇ ਲੁਧਿਆਣਾ ਸਾਈਡ ਤੋਂ ਆਉਣ ਵਾਲੀਆਂ ਗੱਡੀਆਂ ਪਾਰਕ ਕੀਤੀਆਂ ਜਾਣਗੀਆਂ ਅਤੇ ਵਾਪਸ ਵੀ ਗੁਰੂਸਰ ਕੌਂਕੇ ਰਾਹੀਂ GT ਰੋਡ ਮੋਗਾ ਗੱਡੀਆਂ ਵਾਪਸ ਬਹੁਤ ਵਧੀਆ ਤਰੀਕੇ ਦੇ ਨਾਲ ਜਾਣਗੀਆਂ। ਅੱਗੇ ਪਾਰਕਿੰਗ ਨੰਬਰ 5, ਇਹ ਪਾਰਕਿੰਗ ਜਿਹੜੇ ਨਾਨਕਸਰ ਡਿਊੜੀ ਤੋਂ ਸੱਜੇ ਪਾਸੇ ਨੂੰ ਜਿੱਥੇ ਹੋਸਪਿਟਲ ਦਾ ਬੋਰਡ ਲੱਗਾ ਹੋਇਆ ਹੈ, ਉਹ ਰਸਤਾ ਅੱਗੇ ਜਾ ਰਿਹਾ ਵਾ ਸੇਮ ਨਾਲਾ, ਉਸ ਤੋਂ ਅੱਗੇ ਜਾ ਕੇ ਖੱਬੇ ਪਾਸੇ ਇਹ ਪਾਰਕਿੰਗ ਬਣੀ ਹੋਈ ਆ, ਪਾਰਕਿੰਗ ਨੰਬਰ 5। ਦੂਸਰਾ ਰਸਤਾ ਇਹਨੂੰ ਜੋ GT ਰੋਡ ਮੋਗਾ ਸਾਈਡ ਤੋਂ ਗੁਰੂਸਰ ਗੁਰਦੁਆਰਾ ਸਾਹਿਬ ਦੀ ਜੋ ਡਿਊੜੀ ਵਾਲਾ ਗੇਟ ਆ ਉਸ ਦੇ ਰਾਹੀਂ ਜਦੋਂ ਅੱਗੇ ਜਾਵਾਂਗੇ, ਅੱਗੇ ਜਾ ਕੇ ਰੇਲਵੇ ਸਟੇਸ਼ਨ ਤੋਂ ਕ੍ਰੋਸ ਕਰਕੇ ਖੱਬੇ ਪਾਸੇ ਵਾਲੇ ਨੂੰ ਨਾਨਕਸਰ ਦਾ ਬੋਰਡ ਲੱਗਾ, ਉਹ ਰਸਤਾ ਮੁੜਦਾ ਸੇਮ ਦੇ ਨਾਲ, ਸੇਮ ਦੇ ਨਾਲ ਜਾ ਕੇ ਉਹ ਉਸ ਤੋਂ ਅੱਗੇ ਕੁਛ ਕਿਲੋਮੀਟਰ 'ਤੇ ਇਹ ਪਾਰਕਿੰਗ ਆਵੇਗੀ।
ਇਹ ਪਾਰਕਿੰਗ ਤਕਰੀਬਨ 7 ਕਿੱਲਿਆਂ ਵਿੱਚ ਬਣੀ ਹੈ ਜੋ ਬਾਬਾ ਹਰਭਜਨ ਸਿੰਘ ਜੀ ਵੱਲੋਂ ਹੁਣ ਤਿਆਰ ਕੀਤੀ ਹੋਈ ਹੈ। ਪੁਲ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਇਹਦਾ ਤਿਆਰ ਹੋ ਕੇ ਬਰਸੀ ਤੱਕ ਤਿਆਰ ਹੋ ਜਾਵੇਗਾ। ਇਸ ਤੋਂ ਅੱਗੇ ਜਿਹੜੀ ਪਾਰਕਿੰਗ ਨੰਬਰ 6 ਆ ਉਹ ਬਾਬਾ ਲੱਖਾ ਸਿੰਘ ਜੀ ਵੱਲੋਂ ਪਾਰਕਿੰਗ ਤਿਆਰ ਕੀਤੀ ਗਈ ਹੈ। ਇਹ ਪਾਰਕਿੰਗ ਨੂੰ ਜਾਣ ਦਾ ਰਸਤਾ ਜਦੋਂ ਰੇਲਵੇ ਸਟੇਸ਼ਨ ਕ੍ਰੋਸ ਕਰਕੇ ਸੱਜੇ ਪਾਸੇ ਨੂੰ ਹਸਪਤਾਲਾ ਰਸਤਾ ਜਾਵਾਂਗੇ ਤਾਂ ਖੱਬੇ ਪਾਸੇ ਮੁੜ ਕੇ ਪਾਰਕਿੰਗ ਆਵੇਗੀ ਜਿੱਥੇ ਟਰਾਲੀਆਂ ਟਰੈਕਟਰ ਗੱਡੀਆਂ ਆਦਿਕ ਬਹੁਤ ਵਧੀਆ ਤਰੀਕੇ ਦੇ ਨਾਲ ਪਾਰਕਿੰਗ ਕੀਤੀਆਂ ਜਾਣਗੀਆਂ। ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਰਾਹੀਂ ਆਪ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਇੱਥੇ ਨਾਨਕਸਰ ਪਹੁੰਚਣ ਦੇ ਵਿੱਚ ਅਤੇ ਗੱਡੀਆਂ ਖੜਾਉਣ 'ਚ ਕੋਈ ਸਮੱਸਿਆ ਨਾ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।